ਅਜੇ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸੋਹਨ ਬਰਨਾਲਾ ਦੇ ਉੱਤੇ। ਸੋ ਦੋਸਤੋ ਅਸੀਂ ਲਗਾਤਾਰ ਤੁਹਾਡੇ ਲਈ ਜੋਬਸ ਰਿਗਾਰਡਿੰਗ, ਗਵਰਨਮੈਂਟ ਜੋਬਸ ਰਿਗਾਰਡਿੰਗ ਜਾਂ ਉਹ ਜੋਬਸ ਜੋ ਤੁਹਾਡੇ ਲਈ ਸੂਟੇਬਲ ਹੁੰਦੀ ਉਹਨਾਂ ਦੇ ਰਿਗਾਰਡਿੰਗ ਜਿਹੜੀਆਂ ਆਪਾਂ ਵੀਡੀਓਜ਼ ਬਣਾਉਂਦੇ ਹਾਂ, ਅਤੇ ਤੁਸੀਂ ਵੀਡੀਓਜ਼ ਨੂੰ ਭਰਪੂਰ ਪਿਆਰ ਵੀ ਦੇ ਰਹੇ ਹੋ। ਤਾਂ ਗੁਜ਼ਾਰਿਸ਼ ਹੈ ਜੇ ਤੁਸੀਂ ਸਾਡਾ ਚੈਨਲ ਪਹਿਲੀ ਵਾਰ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਲੱਗਦਾ ਬੈਲ ਆਈਕਨ ਵੀ ਜਿਹੜਾ ਉਹ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜਿਹੜੀ ਉਹ ਮਿਲਦੀ ਰਹੇ। ਅਤੇ ਆਓ ਹੁਣ ਆਪਾਂ ਅੱਜ ਦੀ ਪ੍ਰੈਜੈਂਟ ਵੀਡੀਓ ਦੇ ਰਿਗਾਰਡਿੰਗ ਆਪਾਂ ਗੱਲ ਕਰੀਏ। ਅਤੇ ਅੱਜ ਇੱਕ ਹੋਰ ਵੀਡੀਓ ਜਿਹੜੀ ਉਹ ਪਟਿਆਲੇ ਡਿਸਟ੍ਰਿਕਟ ਦੇ ਅੰਦਰ ਜਿਹੜੀਆਂ ਜੋਬਸ ਨੇ ਉਹਨਾਂ ਦੇ ਰਿਗਾਰਡਿੰਗ ਆਪਾਂ ਬਣਾ ਰਹੇ ਹਾਂ। ਅਤੇ ਪਹਿਲਾ ਜਿਹੜਾ ਸਕੂਲ ਹੈ ਇਹਦੇ ਵਿੱਚ ਤਿੰਨ ਸਕੂਲ ਆਪਾਂ ਤੁਹਾਨੂੰ ਦੱਸ ਦਈਏ ਕਿ ਤਿੰਨ ਸਕੂਲਸ ਜਿਹੜੇ ਕਿ ਪਟਿਆਲੇ ਡਿਸਟ੍ਰਿਕਟ ਦੇ ਅੰਦਰ ਪੈਂਦੇ ਨੇ ਉਹਨਾਂ ਦੇ ਰਿਗਾਰਡਿੰਗ ਆਪਾਂ ਗੱਲ ਕਰਾਂਗੇ। ਅਤੇ ਕਾਫੀ ਸਾਰੀਆਂ ਜੋਬਸ ਜਿਹੜੀਆਂ ਨੇ ਸਕੂਲ ਜੋਬਸ ਇਹਦੇ ਵਿੱਚ ਅਵੇਲੇਬਲ ਹੈਗੀਆਂ ਨੇ, ਤਾਂ ਵੀਡੀਓ ਜ਼ਰੂਰ ਦੇਖੋ। ਹੋ ਸਕਦਾ ਕਿ ਇਹ ਵੀਡੀਓ ਦੇ ਵਿੱਚ ਤੁਹਾਡੇ ਲਈ ਕੁਛ ਮਿਲ ਜਾਵੇ ਅਤੇ ਤੁਸੀਂ ਉਹ ਸੂਟੇਬਲ ਜੋਬਸ ਦੇ ਉੱਤੇ ਜੁਆਇਨ ਕਰ ਸਕੋ। ਅਤੇ ਪਹਿਲਾ ਜਿਹੜਾ ਸਕੂਲ ਹੈ ਜੀ, ਪ੍ਰੀਮੀਅਰ ਪਬਲਿਕ ਸਕੂਲ ਪਟਿਆਲਾ, ਪ੍ਰੀਮੀਅਰ ਪਬਲਿਕ ਸਕੂਲ ਇਹ ਪਟਿਆਲਾ ਸਮਾਣਾ ਰੋਡ ਦੇ ਉੱਤੇ ਇਹ ਪੈਂਦਾ ਜੀ, ਨੀਅਰ ਟੂਲ ਬੈਰੀਅਰ ਸਮਾਣਾ ਦੇ ਵਿੱਚ। ਅਤੇ ਇਸ ਸਕੂਲ ਦੇ ਵਿੱਚ ਪੀ ਜੀ ਟੀ ਦੀਆਂ ਕੁਝ ਵੈਕੈਂਸੀਜ਼ ਨੇ, ਪੀ ਜੀ ਟੀ ਪੋਲ ਸਾਇੰਸ, ਹਿਸਟਰੀ, ਜੀਓਗ੍ਰਾਫੀ, ਸਾਈਕੋਲੋਜੀ, ਇੰਗਲਿਸ਼। ਅਤੇ ਇਸ ਤੋਂ ਇਲਾਵਾ ਟੀਚਰਸ ਚਾਹੀਦੇ ਨੇ ਜਿਨ੍ਹਾਂ ਨੂੰ ਪ੍ਰਾਇਮਰੀ ਵਿੰਗ ਦੇ ਲਈ, ਸਾਰੇ ਹੀ ਟੀਚਰਸ ਜਿਹੜੇ ਨੇ ਉਹ ਪ੍ਰਾਇਮਰੀ ਵਿੰਗ ਦੇ ਲਈ ਚਾਹੀਦੇ ਨੇ, ਅਤੇ ਤੁਸੀਂ ਉਹਨਾਂ ਦੇ ਲਈ ਵੀ ਜਿਹੜਾ ਉਹ ਅਪਲਾਈ ਕਰ ਸਕਦੇ ਹੋ। ਅਤੇ ਉਸ ਤੋਂ ਇਲਾਵਾ ਆਰਟ ਐਂਡ ਕਰਾਫਟ ਟੀਚਰ ਇਹਨਾਂ ਨੂੰ ਚਾਹੀਦਾ, ਨਾਲ ਹੀ ਡਾਂਸ ਟੀਚਰ ਦੀ ਵੀ ਇਸ ਸਕੂਲ ਦੇ ਵਿੱਚ ਜ਼ਰੂਰਤ ਹੈ। ਅਤੇ ਇਸ ਸਕੂਲ ਦੇ ਲਈ ਜਿਹੜੀ ਇਹਨਾਂ ਨੇ ਇੰਟਰਵਿਊ ਰੱਖੀ ਹੋਈ ਹੈ, ਸਕੂਲ ਦੇ ਲਈ ਇਹਨਾਂ ਜੋਬਸ ਦੇ ਰਿਗਾਰਡਿੰਗ ਇੰਟਰਵਿਊ ਜਿਹੜੀ ਉਹ ਰੱਖੀ ਹੋਈ ਹੈ। ਇੰਟਰਵਿਊ ਦੀ ਜਿਹੜੀ ਡੇਟ ਹੈ ਉਹ ਹੈ 24 ਸਤੰਬਰ 2018 ਮੰਡੇ ਨੂੰ, 24/9/2018 ਮੰਡੇ ਨੂੰ। ਇੰਟਰਵਿਊ ਟਾਈਮ ਜਿਹੜਾ ਹੈਗਾ ਉਹ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜਾ ਉਹ ਇੰਟਰਵਿਊ ਦਾ ਸਮਾਂ ਇਹਨਾਂ ਨੇ ਰੱਖਿਆ ਗਿਆ। ਅਤੇ ਤੁਸੀਂ ਇਸ ਸਕੂਲ ਦੇ ਵਿੱਚ ਜਾ ਕੇ ਆਪਣਾ ਰਿਜ਼ਿਊਮ ਜਿਹੜਾ ਉਹ ਤੁਸੀਂ ਦੇ ਕੇ ਆ ਸਕਦੇ ਹੋ। ਅਤੇ ਬਾਕੀ ਤੁਸੀਂ ਜ਼ਿਆਦਾ ਜਾਣਕਾਰੀ ਦੇ ਲਈ ਇਹਨਾਂ ਨੂੰ ਤੁਸੀਂ ਇਹਨਾਂ ਦੇ ਸਕੂਲ ਜਿਹੜਾ ਉਹ ਤੁਸੀਂ ਗੂਗਲ ਦੇ ਉੱਤੇ ਸਰਚ ਮਾਰ ਕੇ ਵੀ ਚੈੱਕ ਕਰ ਸਕਦੇ ਹੋ ਕਿ ਕਿੱਥੇ ਕਿਹੇ ਪੈਂਦਾ। ਅਤੇ ਤੁਸੀਂ ਉਸ ਸਕੂਲ ਦੇ ਵਿੱਚ ਜ਼ਿਆਦਾ ਆਪਣਾ ਜਿਹੜਾ ਰਿਜ਼ਿਊਮ ਆ ਉਹ ਸੈਂਡ ਕਰ ਸਕਦੇ ਹੋ। ਅਤੇ ਜ਼ਰੂਰ ਇੰਟਰਵਿਊ ਜੇ ਸਿੱਧੀ ਇੱਥੇ ਦੇਖੋ ਤੁਸੀਂ 24/9/2018 ਦੀ ਇੰਟਰਵਿਊ ਜਿਹੜੀ ਉਹ ਰੱਖੀ ਗਈ ਹੈ। ਆਪਣੇ ਡਾਕੂਮੈਂਟਸ ਕੰਪਲੀਟ ਲੈ ਕੇ, ਉਹਨਾਂ ਦੀਆਂ ਜਰੋਕਸ ਕਾਪੀਜ਼, ਫੋਟੋ ਕਾਪੀਜ਼ ਲੈ ਕੇ ਤੁਸੀਂ ਨਾਲ ਸਕੂਲ ਦੀ ਜਿਹੜੀ ਇੰਟਰਵਿਊ ਜਿਹੜੀ ਰੱਖੀ ਗਈ ਆ ਉਸ ਇੰਟਰਵਿਊ ਦੇ ਵਿੱਚ ਜਿਹੜਾ ਤੁਸੀਂ 10 ਵਜੇ ਤੋਂ ਲੈ ਕੇ 1 ਵਜੇ ਤੱਕ ਪਹੁੰਚੋ। ਅਤੇ ਉਸ ਤੋਂ ਅਗਲਾ ਜਿਹੜਾ ਸਕੂਲ ਹੈ ਜੀ ਉਹ ਹੈ ਜੀ ਆਧਾਰਸ਼ਿਲਾ ਸੀਨੀਅਰ ਸੈਕੈਂਡਰੀ ਸਕੂਲ ਰਾਜਪੁਰਾ, ਡਿਸਟ੍ਰਿਕਟ ਪਟਿਆਲਾ ਹੈ ਜੀ। ਆਧਾਰਸ਼ਿਲਾ ਸੀਨੀਅਰ ਸੈਕੈਂਡਰੀ ਸਕੂਲ ਰਾਜਪੁਰਾ, ਇਸ ਸਕੂਲ ਦੇ ਵਿੱਚ ਪੀ ਜੀ ਟੀ ਟੀਚਰਸ ਜਿਹੜੇ ਨੇ ਉਹ ਚਾਹੀਦੇ ਨੇ। ਸਬਜੈਕਟ ਹੈ ਫਿਜ਼ਿਕਸ, ਮੈਥ, ਇੰਗਲਿਸ਼। ਅਤੇ ਇਹ ਸਬਜੈਕਟਸ ਨੇ ਜਿਨ੍ਹਾਂ ਦੇ ਲਈ ਪੀ ਜੀ ਟੀ ਟੀਚਰਸ ਦੀ ਜ਼ਰੂਰਤ ਹੈ। ਫਲੂਐਂਸੀ ਇਨ ਇੰਗਲਿਸ਼ ਮਸਟ ਹੈ ਜੀ। ਅਤੇ ਪਬਲਿਕ ਸਕੂਲ ਦਾ ਜੇ ਬੈਕਗਰਾਊਂਡ ਤੁਹਾਡੀ ਹੈਗੀ ਹੈ ਤਾਂ ਤੁਹਾਨੂੰ ਪ੍ਰੈਫਰੈਂਸ ਜਿਹੜੀ ਉਹ ਮਿਲੇਗੀ। ਇਸ ਸਕੂਲ ਦੇ ਲਈ ਵੀ ਜਿਹੜੀ ਇੰਟਰਵਿਊ ਰੱਖੀ ਗਈ ਹੈ ਉਹ ਹੈ ਜੀ 24/9/2018 ਨੂੰ, 24/9/2018। ਇਸ ਸਕੂਲ ਦੇ ਲਈ ਇੰਟਰਵਿਊ ਦਾ ਟਾਈਮ ਵੀ ਜਿਹੜਾ ਉਹ ਰੱਖਿਆ ਗਿਆ 10:30 ਵਜੇ, ਸਵੇਰੇ 10:30 ਵਜੇ ਤੋਂ ਲੈ ਕੇ 1 ਵਜੇ ਤੱਕ ਦਾ। ਸੋ ਇਸ ਸਕੂਲ ਦੀ ਈਮੇਲ ਐਡਰੈਸ ਤੁਹਾਡੇ ਸਾਹਮਣੇ ਦਿੱਤਾ ਹੋਇਆ, ਤਾਂ ਤੁਸੀਂ ਦਿੱਤੀ ਹੋਈ ਈਮੇਲ ਐਡਰੈਸ ਦੇ ਉੱਤੇ ਆਪਣਾ ਅਪਡੇਟਡ ਰਿਜ਼ਿਊਮ ਜਿਹੜਾ ਤੁਸੀਂ ਉਹ ਸੈਂਡ ਕਰ ਸਕਦੇ ਹੋ, ਤਾਂ ਜੋ ਤੁਹਾਡੀ ਵੀ ਐਪਲੀਕੇਸ਼ਨ ਜਿਹੜੀ ਆ ਉਹ ਇਹਨਾਂ ਵੈਕੈਂਸੀਜ਼ ਦੇ ਲਈ ਕੰਸੀਡਰ ਹੋ ਸਕੇ। ਅਤੇ ਅਗਲਾ ਜਿਹੜਾ ਸਕੂਲ ਹੈ ਜੀ ਉਹ ਹੈ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ, ਡਿਸਟ੍ਰਿਕਟ ਪਟਿਆਲਾ। ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ, ਇਸ ਸਕੂਲ ਦੇ ਵਿੱਚ ਵੀ ਕਾਫੀ ਜ਼ਿਆਦਾ ਵੈਕੈਂਸੀਸ ਨੇ। ਆਓ ਹੁਣ ਉਹਨਾਂ ਵੈਕੈਂਸੀਸ ਦੇ ਰਿਗਾਰਡਿੰਗ ਵੀ ਆਪਾਂ ਗੱਲ ਕਰੀਏ। ਪੀ ਜੀ ਟੀ ਇੰਗਲਿਸ਼ ਅਤੇ ਪੋਲ ਸਾਇੰਸ ਦੀ ਜ਼ਰੂਰਤ ਹੈ ਜੀ। ਉਸ ਤੋਂ ਇਲਾਵਾ ਟੀ ਜੀ ਟੀ ਇੰਗਲਿਸ਼, ਸਾਇੰਸ, ਐੱਸ ਐੱਸ ਟੀ, ਮੈਥ। ਇੰਗਲਿਸ਼, ਸਾਇੰਸ, ਐੱਸ ਐੱਸ ਟੀ ਅਤੇ ਮੈਥ ਇਹ ਟੀ ਜੀ ਟੀ
ਟੀਚਰ ਜਿਹੜੇ ਨੇ ਉਹ ਚਾਹੀਦੇ ਨੇ। ਉਸ ਤੋਂ ਇਲਾਵਾ ਪ੍ਰਾਇਮਰੀ ਵਿੰਗ ਦੇ ਲਈ ਵੀ ਟੀਚਰ ਜਿਹੜੇ ਨੇ ਇਸ ਸਕੂਲ ਨੂੰ ਚਾਹੀਦੇ ਨੇ। ਤੁਸੀਂ ਪ੍ਰਾਇਮਰੀ ਵਿੰਗ ਦੇ ਲਈ ਵੀ ਅਪਲਾਈ ਜਿਹੜਾ ਉਹ ਕਰ ਸਕਦੇ ਹੋ। ਪ੍ਰਾਇਮਰੀ ਦੇ ਵਿੱਚ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਪ੍ਰਾਇਮਰੀ ਦੇ ਵਿੱਚ ਤਕਰੀਬਨ ਸਾਰੇ ਹੀ ਸਬਜੈਕਟ ਜਿਹੜੇ ਨੇ ਉਹ ਟੀਚ ਕਰਨੇ ਹੁੰਦੇ ਨੇ ਟੀਚਰਸ ਨੇ। ਸੋ ਉਹਦੇ ਅਕੋਰਡਿੰਗਲੀ ਤੁਸੀਂ ਆਪਣੀ ਕੁਆਲੀਫਿਕੇਸ਼ਨ ਰੱਖਦੇ ਹੋ ਤਾਂ ਤੁਸੀਂ ਜ਼ਰੂਰ ਪ੍ਰਾਇਮਰੀ ਵਿੰਗ ਦੇ ਟੀਚਰਸ ਦੇ ਲਈ ਵੀ ਅਪਲਾਈ ਜਿਹੜਾ ਉਹ ਕਰ ਸਕਦੇ ਹੋ। ਅਤੇ ਨਾਲ ਹੀ ਇਸ ਸਕੂਲ ਦੇ ਵਿੱਚ ਡਾਂਸ ਟੀਚਰ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਇੱਕ ਰਿਸੈਪਸ਼ਨਿਸਟ ਚਾਹੀਦਾ ਜੀ। ਇਸ ਸਕੂਲ ਦੇ ਲਈ ਰਿਸੈਪਸ਼ਨਿਸਟ ਦੀ ਪੋਸਟ ਵੀ ਜਿਹੜੀ ਉਹ ਵੈਕੈਂਟ ਹੈ। ਅਤੇ ਇਹਨਾਂ ਸਾਰੀਆਂ ਹੀ ਵੈਕੈਂਸੀਜ਼ ਦੇ ਲਈ ਇੰਗਲਿਸ਼ ਫਲੂਐਂਸੀ ਜਿਹੜੀ ਉਹ ਮਸਟ ਹੈ। ਅਤੇ ਟਰਾਂਸਪੋਰਟ ਦੀ ਫੈਸਿਲਿਟੀ ਜਿਹੜੀ ਉਹ ਪਟਿਆਲੇ ਤੋਂ ਇਸ ਸਕੂਲ ਦੇ ਲਈ ਅਵੇਲੇਬਲ ਹੈ। ਅਤੇ ਇੰਟਰਵਿਊ ਇਸ ਸਕੂਲ ਦੇ ਲਈ ਰੱਖੀ ਗਈ ਹੈ ਜੀ। ਇਹਨਾਂ ਨੇ 28/9/2018 ਨੂੰ ਇੰਟਰਵਿਊ ਜਿਹੜੀ ਉਹ ਰੱਖੀ ਗਈ ਹੈ। ਨੋਟ ਕਰ ਲਓ ਜੀ ਤੁਸੀਂ, 28/9/2018 ਨੂੰ ਇੰਟਰਵਿਊ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਡਿਸਟ੍ਰਿਕਟ ਪਟਿਆਲਾ ਦੇ ਲਈ ਜਿਹੜੀ ਉਹ ਆਪਾਂ ਇਸ ਵੀਡੀਓ ਦੇ ਵਿੱਚ ਵੈਕੈਂਸੀਜ਼ ਦੀ ਗੱਲ ਕਰੀਏ, ਉਹਨਾਂ ਵੈਕੈਂਸੀਜ਼ ਦੇ ਲਈ ਇੰਟਰਵਿਊ ਇਹਨਾਂ ਨੇ 28/9/2018 ਨੂੰ ਰੱਖੀ ਹੋਈ ਹੈ। ਅਤੇ ਟਾਈਮ ਜਿਹੜਾ ਉਹ ਇੰਟਰਵਿਊ ਦਾ ਰੱਖਿਆ ਹੋਇਆ ਉਹ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰੇ 1:30 ਵਜੇ ਤੱਕ ਜਿਹੜਾ ਉਹ ਇੰਟਰਵਿਊ ਦਾ ਟਾਈਮ ਜਿਹੜਾ ਉਹ ਰੱਖਿਆ ਗਿਆ। ਈਮੇਲ ਐਡਰੈੱਸ ਇਹਨਾਂ ਦੇ ਤੁਹਾਡੇ ਸਾਹਮਣੇ ਦਿੱਤੀ ਹੋਈ ਆ। ਉਸ ਦਿੱਤੀ ਹੋਈ ਈਮੇਲ ਐਡਰੈੱਸ ਦੇ ਉੱਤੇ ਆਪਣਾ ਅਪਡੇਟਿਡ ਰਿਜ਼ਿਊਮ ਜਿਹੜਾ ਤੁਸੀਂ ਸੈਂਡ ਕਰ ਸਕਦੇ ਹੋ। ਅਤੇ ਠੀਕ ਆ ਦੋਸਤੋ, ਜ਼ਰੂਰ ਅਪਲਾਈ ਕਰੋ ਇਹਨਾਂ ਸਕੂਲਸ ਦੇ ਲਈ। ਅਤੇ ਵੀਡੀਓ ਆਪਣੀ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਜੋ ਉਹ ਵੀ ਕਿਸੇ ਨਾ ਕਿਸੇ ਜੋਬ ਦੇ ਉੱਤੇ ਸੈੱਟ ਹੋ ਸਕਣ। ਅਤੇ ਉਮੀਦ ਆ ਵੀ ਤੁਹਾਨੂੰ ਇਹ ਵੀ ਵੀਡੀਓ ਜਿਹੜੀ ਉਹ ਪਸੰਦ ਆਈ ਹੋਊਗੀ। ਅਤੇ ਤੁਸੀਂ ਜੇ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਜ਼ਰੂਰ ਕਰ ਦਿਓ। ਅਤੇ ਉਸ ਤੋਂ ਇਲਾਵਾ ਆਪਣਾ ਚੈਨਲ ਜਿਹੜਾ ਉਹ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਮਿਲ ਸਕੇ। ਅਤੇ ਨਾਲ ਲੱਗਦਾ ਬੈਲ ਆਈਕੋਨ ਵੀ ਜਿਹੜਾ ਉਹ ਪ੍ਰੈਸ ਕਰ ਦਿਓ ਤਾਂ ਹੀ ਤੁਸੀਂ ਆਪਣੀਆਂ ਵੀਡੀਓਜ਼ ਜਿਹੜੀਆਂ ਨੇ ਲੇਟੈਸਟ ਦੇਖ ਪਾਓਗੇ। ਠੀਕ ਹੈ ਦੋਸਤੋ, ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ ਦਿਸ ਵੀਡੀਓ ਜੀ।